ਸੋਸ਼ਲ ਮੀਡੀਆ ਤੇ ਵਾਇਰਲ ਹੋਈ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵੀਡੀਓ ਦੇ ਖਿਲਾਫ ਲੁਧਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਯੂਥ ਅਕਾਲੀ ਦਲ ਆਗੂ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ਹੇਠ ਜਗਰਾਓਂ ਪੁਲ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਪੰਜਾਬ ਦਾ ਸੁਖਾਵਾਂ ਮਾਹੌਲ ਖਰਾਬ ਕਰਨ ਦਾ ਦੋਸ਼ ਲਗਾਉਂਦਿਆਂ ਪੁਲਿਸ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਆਰੋਪੀਆਂ ਖਿਲਾਫ ਬਣਦੀ ਕਾਰਵਾਈ ਕਰਨ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਕੀ ਹੈ ਪੂਰਾ ਮਾਮਲਾ, ਆਓ ਦੇਖਦੇ ਹਾਂ। ਦੇਖੋ ਬੜੀ ਨਿੰਦਣਯੋਗ ਘਟਨਾ ਆਈ ਹੈ। 8, 10, 12 ਨੌਜਵਾਨਾਂ ਦੇ ਜਿਹੜੀ ਏਡੇ ਮਾੜਾ ਕੰਮ ਕੀਤਾ ਵੀ ਤੁਸੀਂ ਦੇਖੋ ਵੀ ਅੰਮ੍ਰਿਤ ਨੂੰ ਲਲਕਾਰਿਆ, ਗੁਰੂ ਸਾਹਿਬ ਨੂੰ ਲਲਕਾਰਿਆ, ਇਸ ਤੋਂ ਮਾੜੀ ਘਟਨਾ ਨਹੀਂ ਹੋ ਸਕਦੀ। ਮੈਂ ਪੁਲਿਸ ਪ੍ਰਸ਼ਾਸਨ 'ਤੇ ਹੈਰਾਨ ਹੈ, ਛੋਟੀ ਜਿਹੀ ਗੱਲ ਵੀ ਹੋ ਜਾਵੇ ਅਤੇ ਅੱਧੇ ਘੰਟੇ ਘੰਟੇ 'ਚ ਮੁਜਰਿਮ ਫੜ ਲੈਂਦੇ ਆ, ਪਰਚੇ ਵੀ ਦਰਜ ਹੋ ਜਾਂਦੇ। ਅੱਜ 48 ਘੰਟੇ ਹੋ ਗਏ ਆ, ਇਹ ਪਰਸੋਂ ਦੀ ਗੱਲ ਕਹਿੰਦੇ ਪਏ ਆ, ਕੱਲ੍ਹ ਦੀ ਕੰਪਲੇਂਟ ਦਰਜ ਕਰਾਈ ਹੈ। ਕਹਿੰਦੇ FIR ਦੇ ਕੇ, ਹੁਣ ਜਦੋਂ ਉਹਨਾਂ ਨੇ ਦੇਖਿਆ ਧਰਨਾ ਲੱਗ ਗਿਆ ਅਤੇ ਹੁਣ 5 ਮਿੰਟ ਪਹਿਲਾਂ FIR ਦਿੱਤੀ ਆ, ਜਿੱਥੇ 295 ਲਗਾਈ ਆ, ਜਿੱਥੇ 7 ਨੌਜਵਾਨਾਂ ਦੇ ਸਿੱਧੇ ਨਾਮ ਹੈ ਅਤੇ 6 ਦੂਜੇ ਆ। ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇਹਨਾਂ ਨੂੰ ਛੇਤੀ ਛੇਤੀ ਗ੍ਰਿਫਤਾਰ ਕਰਨ, ਤਾਂ ਜੋ ਜਿਹੜੇ ਸਮਾਜ ਨੂੰ ਵੰਡਦੇ ਆ, ਜਿਹੜੇ ਜਾਣ ਬੁੱਝ ਕੇ ਧਰਮ ਦੀ ਲਿਆ ਕੇ ਵਿੱਚ ਇਹਨੂੰ ਧਰਮਾਂ ਦੀਆਂ ਲੜਾਈਆਂ ਬਣਾਈ ਜਾਂਦੇ, ਉਹਨਾਂ ਦੇ ਖਿਲਾਫ਼ ਕਾਰਵਾਈ ਹੋਵੇ। ਨਹੀਂ ਕਾਰਵਾਈ ਹੋਊਗੀ ਅਤੇ ਇੱਦਾਂ ਦੇ ਬੰਦੇ ਹੋਰ ਉੱਠਣਗੇ, ਇਹ ਤਾਂ ਮੈਂ ਕਹਿੰਦਾ ਬਾਹਲਾ ਹੀ ਗਾਂਹ ਨਿਕਲ ਗਿਆ। ਇਹਨਾਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ। ਪੁਲਿਸ ਬਜਾਇ ਮੂਕ ਦਰਸ਼ਕ ਦੇਖ ਰਹੀ ਸੀ, ਪਹਿਲਾਂ ਤਾਂ ਲਾਰਾ ਹੀ ਲਾਈ ਆ, ਅਸੀਂ ਕਰਦੇ ਕਰਾਉਂਦੇ। ਜਦੋਂ ਧਰਨਾ ਲੱਗਾ, 5 ਘੰਟੇ ਬਾਅਦ FIR ਦੀ ਕਾਪੀ ਹੁਣ ਦਿੱਤੀ ਹੈ, ਰਾਤ ਹੋ ਗਈ, ਅਸੀਂ ਹੁਣ ਕਿਹਾ ਗ੍ਰਿਫਤਾਰ ਕਰੋ। ਅਤੇ ਮੈਂ ਸਮਝਦਾ ਕਿ ਹੁਣ ਇਹਨਾਂ ਨੂੰ ਸਮਝਣਗੇ ਵੀ ਇਹ ਪੰਜਾਬ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਕਿ ਉਹਨਾਂ ਨੂੰ ਗ੍ਰਿਫਤਾਰ ਕਰਨਾ ਚਾਹੀਦਾ, ਗ੍ਰਿਫਤਾਰੀ ਦੀ ਮੰਗ ਹੈ ਸਾਡੀ। ਪਰਚਾ ਦਰਜ ਕਰ ਲਿਆ ਜੀ, FIR ਦਰਜ 295 ਕਰ ਲਈ, ਹੁਣ ਜਿਹੜੀ ਅਗਲੀ ਕਾਰਵਾਈ ਹੋ ਗਈ, ਜਿਹੜੀ ਵੀਡੀਓ ਵਾਇਰਲ ਹੋ, ਉਸੇ ਦਾ ਹੀ ਦਰਜ ਕੀਤਾ ਜੀ, ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸੇ 'ਤੇ FIR। C1 ਨਿਊਜ਼ ਦੇ ਲਈ ਕੈਮਰਾਮੈਨ ਜਸਵੀਰ ਅਤੇ ਦਵਿੰਦਰ ਦੇ ਨਾਲ HS ਗੰਭੀਰ ਦੀ ਰਿਪੋਰਟ। C1 ਨਿਊਜ਼ ਦੀਆਂ ਜ਼ਿਆਦਾ ਅਪਡੇਟਸ ਲਈ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਬੈਲ ਆਈਕਨ ਪ੍ਰੈਸ ਕਰ ਸਕਦੇ ਹੋ।